ਸਾਰੀਆਂ ਸੀਟਾਂ ਜਿਨ੍ਹਾਂ 'ਤੇ ਮੁਕਾਬਲਾ ਬੜਾ ਫਸਵਾਂ ਬਣਿਆ ਹੋਇਆ। ਆਪਾਂ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਤੁਹਾਨੂੰ ਪੰਜਾਬ ਦਾ ਸੀਨ ਲੱਗ ਰਿਹਾ ਕਿ ਕਿਸੇ ਇੱਕ ਪਾਰਟੀ ਦੀ ਵੇਵ ਬਣਦੀ ਨਜ਼ਰ ਆ ਰਹੀ ਹੈ? ਨਹੀਂ, ਇਸ ਸਮੇਂ ਜੋ ਪੰਜਾਬ ਦਾ ਮਾਹੌਲ ਉਹਦੇ ਵਿੱਚ ਵੇਵ ਵਰਗਾ ਤਾਂ ਕੁਝ ਵੀ ਨਹੀਂ ਚੱਲ ਰਿਹਾ, ਕਿਉਂਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਉਹ ਬਿਨਾਂ ਗੱਠਜੋੜ ਤੋਂ ਲੜਿਆ ਜਾ ਰਿਹਾ ਹੈ। ਕਿਉਂਕਿ ਜੇ ਪਿਛਲੇ ਇਲੈਕਸ਼ਨਾਂ ਵੱਲ ਵੇਖਿਆ ਤਾਂ ਅਕਾਲੀ ਭਾਜਪਾ ਇੱਕ ਪਾਸੇ ਹੁੰਦੀ ਸੀ, ਦੂਸਰੇ ਪਾਸੇ ਕਾਂਗਰਸ ਦੀ ਧਿਰ ਹੁੰਦੀ ਸੀ। ਇੱਕ ਵਾਰੀ ਆਮ ਆਦਮੀ ਪਾਰਟੀ ਦੀ ਧਿਰ ਵੀ ਆਈ ਹੈ 2014 ਦੇ ਵਿੱਚ, 2019 ਦੇ ਵਿੱਚ ਤਾਂ ਲਗਭਗ ਉਹ ਸੰਗਰੂਰ ਸੀਟ ਤੱਕ ਸਿਮਟ ਕੇ ਰਹਿ ਗਈ। ਤਾਂ ਇਸ ਵਾਰ 2024 ਦੇ ਵਿੱਚ ਵਿਲੱਖਣਤਾ ਇਹ ਕਿ ਕਈ ਸੀਟਾਂ 'ਤੇ 4-3 ਮੁਕਾਬਲਾ ਹੈ ਅਤੇ ਕਈਆਂ ਥਾਵਾਂ 'ਤੇ 5-9 ਮੁਕਾਬਲਾ ਵੀ ਚੱਲ ਰਿਹਾ ਹੈ। ਉਹਨਾਂ ਦੇ ਵਿੱਚ ਜਿਵੇਂ ਬਠਿੰਡਾ ਜਿਹਦੇ ਵਿੱਚ ਕਿ ਲੱਖਾ ਸਧਾਨਵੀ ਇੱਕ ਜਗ੍ਹਾ ਤੁਹਾਨੂੰ ਟੱਕਰ ਦਿੰਦਾ ਨਜ਼ਰ ਆ ਜਾਏਗਾ, ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਕਾਫੀ ਵਧੀਆ ਫਾਈਟ ਦਿੰਦੇ ਨਜ਼ਰ ਆ ਸਕਦੇ ਆ, ਅਤੇ ਖਾਸ ਕਰਕੇ ਖਡੂਰ ਸਾਹਿਬ ਜਿੱਥੇ ਕਿ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇ ਉੱਪਰ NSA ਲਗਾ ਕੇ ਦਿਬਰੂਗੜ੍ਹ ਉਹਨਾਂ ਰੱਖਿਆ ਗਿਆ ਹੈ, ਉਹ ਵੀ ਇੱਕ ਵਧੀਆ ਟੱਕਰ ਦਿੰਦੇ ਉੱਥੇ ਨਜ਼ਰ ਆ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਇਸ ਕਰਕੇ ਜੋ ਸਥਿਤੀ ਉਹ ਕਾਫੀ ਰੋਮਾਂਚਕ ਬਣ ਗਈ ਹੈ। ਜਿੰਨਾ ਸੀਟਾਂ ਤੁਸੀਂ ਗੱਲ ਕਰੀ ਆ, ਚਲੋ ਆਪਾਂ ਇਹਨਾਂ ਸੀਟਾਂ ਬਾਰੇ ਕਰਕੇ ਵੀ ਗੱਲ ਕਰਾਂਗੇ, ਫਿਰ ਭਾਵੇਂ ਬਠਿੰਡਾ ਖਡੂਰ ਸਾਹਿਬ ਆ, ਇੱਦਾਂ ਨਹੀਂ ਲੱਗਦਾ ਕਿ ਕਾਂਗਰਸ ਦੇ ਕੈਂਡੀਡੇਟ ਕੁਛ ਵੀਕ ਨੇ? ਬਠਿੰਡਾ ਤੋਂ ਜੀਤਮਿੰਦਰ ਸਿੱਧੂ ਆ, ਠੀਕ ਹੈ, ਇਸ ਤਰੀਕੇ ਨਾਲ ਸੰਗਰੂਰ ਤੋਂ ਚਲੋ ਭਾਵੇਂ ਸੁਖਪਾਲ ਖਹਿਰਾ ਨੇ, ਪਰ ਕੁਛ ਹੋਰ ਜਿਵੇਂ ਸੀਟਾਂ ਨੇ ਉਹ ਤੋਂ ਕਾਂਗਰਸ ਦੇ ਕੈਂਡੀਡੇਟ ਕੁਛ ਵੀਕ ਨੇ, ਅਤੇ ਇੱਦਾਂ ਕਈ ਵਾਰੀ ਗੱਲ ਵਿੱਚੋਂ ਨਿਕਲ ਕੇ ਆ ਜਾਂਦੇ ਕਿ ਕੁਛ ਸੈਟਿੰਗ ਵੀ ਹੋ ਜਾਂਦੀ ਆਪਸ 'ਚ ਪਾਰਟੀਆਂ ਦੀ, ਇੱਦਾਂ ਦੀ ਵੀ ਗੱਲ ਲੱਗਦੀ ਤੁਹਾਨੂੰ ਕੁਛ ਸੀਟਾਂ 'ਤੇ? ਹਾਂ, ਹੁਣ ਦੇਖੋ ਜਦੋਂ ਦੀ ਦਿੱਲੀ ਦੇ ਵਿੱਚ ਇਹਨਾਂ ਦਾ ਗੱਠਜੋੜ ਹੋਇਆ ਇੰਡੀਆ ਦੇ, ਦਿੱਲੀ ਦੇ ਵਿੱਚ ਮਿਲ ਕੇ ਚੁਣਾਵ ਲੜ ਰਹੇ ਆ, ਗੁਜਰਾਤ ਦੇ ਵਿੱਚ ਮਿਲੇ ਕੇ ਚੁਣਾਵ ਲੜ ਰਹੇ, ਚੰਡੀਗੜ੍ਹ ਦੇ ਵਿੱਚ ਮਿਲ ਕੇ, ਹਰਿਆਣੇ ਦੇ ਵਿੱਚ, ਤਾਂ ਉਹ ਸੁਭਾਵਿਕ ਆ ਕਿ ਲੋਕ ਕਹਿੰਦੇ ਆ ਕਿ ਉੱਤੋਂ ਇਹਨਾਂ ਸੈਟਿੰਗ ਆ ਕਿ ਪੰਜਾਬ ਦੇ ਵਿੱਚ ਵੀ ਇਸ ਕਰਕੇ ਉਹ ਮਿਲ ਕੇ ਇਲੈਕਸ਼ਨ ਲੜ ਰਹੇ ਆ। ਹੁਣ ਬਠਿੰਡੇ ਦੀ ਜਿਸ ਤੱਕ ਚਰਚਾ ਸੀਗੀ, ਤੁਸੀਂ ਜੇ ਕਿਤੇ ਸਿਕੰਦਰ ਸਿੰਘ ਮਲੂਕਾ ਦੇ ਪਹਿਲਾਂ ਦੇ ਬਿਆਨ ਸੁਣੇ ਹੋਣ, ਉਹ ਖੁਦ ਕਹਿ ਰਹੇ ਸੀ ਕਿ ਇੱਥੇ ਦਾ ਮੁਕਾਬਲਾ ਜੀ ਕਾਂਗਰਸੀਆਂ ਅਤੇ ਅਕਾਲੀਆਂ ਦੇ ਵਿੱਚ ਹੋਣਾ ਹੈ, ਬਾਕੀ ਪਾਰਟੀਆਂ ਤਾਂ ਗੇਮ ਤੋਂ ਬਾਹਰ ਲੱਗ ਰਹੀਆਂ। ਲੇਕਿਨ ਜਦੋਂ ਹੀ ਕਾਂਗਰਸ ਨੇ ਲਿਸਟ ਅਨਾਊਂਸ ਕੀਤੀ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਕਿ ਜੀਤਮਿੰਦਰ ਸਿੱਧੂ ਨੂੰ ਟਿਕਟ ਦੇ ਦਿੱਤੀ ਗਈ, ਜਿਹੜੇ ਕਿ ਇੱਕ ਕਮਜ਼ੋਰ ਕੈਂਡੀਡੇਟ ਆ, ਕਿਉਂਕਿ ਇੱਕ ਤਾਂ ਉਹਨਾਂ ਦੀ ਕੋਈ ਦੇਖ ਵੀ ਬਹੁਤ ਵਧੀਆ ਨਹੀਂ, ਕੋਈ ਛਵੀ ਉਹਨਾਂ ਦੀ ਉੱਥੇ ਵਧੀਆ ਨਹੀਂ ਹੈਗੀ। ਦੂਸਰੇ ਨੰਬਰ ਦੇ ਉੱਪਰ ਇੱਕ ਕਾਫੀ ਵਾਰ ਪਹਿਲਾਂ ਇਲੈਕਸ਼ਨ ਉਹ ਹਾਰ ਚੁੱਕੇ ਆ, ਪਾਰਟੀਆਂ ਬਦਲ ਕੇ ਆਏ ਆ, ਤਾਂ ਕਰਕੇ ਉਹਨਾਂ ਦੀ ਕੋਈ ਦੇਖ ਵਧੀਆ ਨਹੀਂ ਸੀ। ਉੱਥੋਂ ਰਾਜਾ ਵੜਿੰਗ ਜਾਂ ਉਹਨਾਂ ਦੀ ਪਤਨੀ ਇੱਕ ਵਧੀਆ ਉਮੀਦਵਾਰ ਹੋ ਸਕਦੇ ਸੀ ਅਤੇ ਜੇਤੂ ਕੈਂਡੀਡੇਟ ਵੀ ਹੋ ਸਕਦੇ ਸੀ। ਉਸ ਤੋਂ ਬਾਅਦ ਜਿਵੇਂ ਅਕਾਲੀ ਦਲ ਵੀ ਕਹਿ ਰਿਹਾ ਕਿ ਕੁਝ ਥਾਵਾਂ 'ਤੇ ਹੋ ਸਕਦਾ ਵੀ ਇਹ ਡੰਮੀ ਕੈਂਡੀਡੇਟ ਖੜੇ ਕਰ ਰਹੇ ਕਿ ਦੂਜੀ ਧਿਰ ਨੂੰ ਸਪੋਰਟ ਹੋਵੇ, ਪਰ ਇੱਦਾਂ ਵੋਟ ਕਨਵਰਟ ਕਰਨੀ ਮੈਨੂੰ ਲੱਗਦਾ ਨਹੀਂ ਕਿ ਸੰਭਵ ਹੋਊਗੀ। ਬਠਿੰਡਾ ਸੀਟ ਕੀ ਕਹਿੰਦੀ ਲੱਗਦੀ ਆ? ਕਈ ਲੋਕ ਬੜੇ ਹਿੱਕ ਠੋਕ ਕੇ ਨਾ ਦਾਅਵਾ ਕਰਦੇ ਆ ਵੀ ਅਕਾਲੀਆਂ ਦਾ ਗਾੜ ਆ, ਵੀ ਹਰਸਿਮਰਤ ਬਾਦਲ ਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ, ਤੁਹਾਨੂੰ ਕੀ ਲੱਗਦਾ ਇਸ ਵਾਰ ਵੀ ਕੀ ਕਹਿੰਦੀ ਆ? ਦੇਖੋ, ਗੜ੍ਹ ਤੋਂ ਸੀ ਇੱਦਾਂ ਤਾਂ ਨਹੀਂ ਕਹਿ ਸਕਦੇ, 2009 ਦੇ ਵਿੱਚ ਜ਼ਰੂਰ ਉਹ 1 ਲੱਖ ਵੋਟ ਤੋਂ ਉੱਪਰ ਜਿੱਤ ਕੇ ਆਏ ਆ, ਲੇਕਿਨ 2014 ਵੀ ਦੇਖੋ ਤਾਂ ਖੱਬੇ ਪੱਖੀ ਦੇ ਰਾਣੇ ਵੀ ਕਾਂਗਰਸ ਨੇ ਵੀ ਜਦੋਂ ਰਲ ਕੇ ਮਨਪ੍ਰੀਤ ਬਾਦਲ ਨੂੰ ਖੜਾ ਕੀਤਾ ਤਾਂ ਬਾ ਮੁਸ਼ਕਿਲ 19,000 ਵੋਟ ਦੇ ਉੱਪਰ ਹਰਸਿਮਰਤ ਕੌਰ ਬਾਦਲ ਜਿੱਤੀ, 19,000 ਵੋਟ ਆਪਾਂ ਲੋਕ ਸਭਾ ਦੇ ਵਿੱਚ ਕੋਈ ਵੱਡਾ ਮਾਰਜਨ ਨਹੀਂ ਗਿਆ। 2019 ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਟਫ ਹੋਇਆ, ਰਾਜਾ ਵੜਿੰਗ ਲਗਾਤਾਰ ਇਲਜ਼ਾਮ ਲਾਉਂਦਾ ਰਿਹਾ ਕਿ ਸਾਰੇ ਬਾਦਲ ਰਲੇ ਹੋਏ ਆ, ਕਿ ਮਨਪ੍ਰੀਤ ਬਾਦਲ ਨੇ ਬਠਿੰਡਾ ਸ਼ਹਿਰੀ ਤੋਂ ਮੈਨੂੰ ਜਿੰਨੀ ਲੀਡ ਚਾਹੀਦੀ ਸੀਗੀ ਨਹੀਂ ਦਵਾਈ, ਅਤੇ ਇਸ ਕਰਕੇ ਲਗਭਗ ਰਾਜਾ ਵੜਿੰਗ ਵੀ 21,000 ਵੋਟ 'ਤੇ ਹਾਰਿਆ, ਯਾਨੀ ਕਿ ਦੋਵੇਂ ਵਾਰ ਬੀਬਾ ਬਾਦਲ ਹਾਰਦੀ ਬਚੀ ਆ। ਲੇਕਿਨ ਇਸ ਵਾਰ ਸਥਿਤੀ ਕੁਝ ਵੱਖਰੀ ਲੱਗ ਰਹੀ ਆ, ਕਿਉਂਕਿ 2022 ਦੀਆਂ ਚੋਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਵੇਵ ਸੀਗੀ ਉਹ ਇਸ ਸਮੇਂ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਊਗੀ, ਲੋਕ ਉਹਨਾਂ ਦੇ ਕਾਫੀ ਆਗੂਆਂ ਤੋਂ ਖਫਾ ਹੈ, ਗੁਰਮੀਤ ਸਿੰਘ ਖੁੱਡੀਆਂ ਪਿੰਡਾਂ ਦੇ ਵਿੱਚ ਜਾ ਰਹੇ, ਵਿਰੋਧ ਹੋ ਰਿਹਾ ਹੈ, ਜੀਤਮਿੰਦਰ ਸਿੱਧੂ ਦੇ ਕੱਦ ਉਸ ਪੱਧਰ ਦਾ ਨਹੀਂ ਲੱਗ ਰਿਹਾ ਕਿ ਉਹ ਸ਼ਾਇਦ ਉਹ ਸੀਟ ਜਿੱਤ ਸਕੇ। ਉਸ ਤੋਂ ਬਾਅਦ ਜੋ BJP ਦੀ ਸਿਚੁਏਸ਼ਨ ਆ ਉਹ ਪੰਜਾਬ ਦੇ ਵਿੱਚ ਲਗਭਗ ਇਕੱਲੇ ਲੜ ਕੇ ਉਹਨਾਂ ਦੀ ਸਿਚੁਏਸ਼ਨ ਹੈ ਨਹੀਂ ਕਿ ਉਹ ਜਿੱਤ ਸਕੇ, ਤਾਂ ਕਰਕੇ ਜਿਹੜੀ ਬੀਬੀ ਪਰਮਪਾਰ ਕੌਰ ਉਹ ਵੀ ਜਿੱਤੂ ਕੈਂਡੀਡੇਟ ਨਹੀਂ ਲੱਗ ਰਹੇ ਉੱਥੋਂ। ਇੱਕ ਜੋ ਲੱਖਾ ਸਧਾਨਾ ਹੈ, ਲੱਖਾ ਸਧਾਨਾ ਦੀ ਐਂਟਰੀ ਕਾਫੀ ਰੋਮਾਂਚਕ ਬਣਾ ਰਹੀ ਮੁਕਾਬਲੇ ਨੂੰ, ਕਿਉਂਕਿ ਲੱਖਾ ਸਧਾਨਾ ਹੈ ਜਿਹੜੀ ਵੋਟ ਲੈ ਕੇ ਜਾ ਰਿਹਾ ਉਹ ਬਾਦਲਾਂ ਨੂੰ ਵੋਟ ਕਦੇ ਨਹੀਂ ਪੈਂਦੀ, ਜਿੰਨੀ ਵੋਟ ਵੀ ਲੱਖਾ ਸਧਾਨਾ ਲੈ ਕੇ ਜਾਊਗਾ ਉਹ ਹਰਸਿਮਰਤ ਕੌਰ ਬਾਦਲ ਦੇ ਪੱਖ 'ਚ ਜਾਊਗਾ। 2022 'ਚ ਵੀ ਮੇਰੇ ਖਿਆਲ 1 ਲੱਖ ਤੋਂ ਉੱਪਰ ਵੋਟਾਂ ਲੈ, ਹਾਂ ਉੱਪਰ ਵੋਟਾਂ ਲੈ ਗਿਆ ਸੀਗਾ। ਉਸ ਤੋਂ ਪਹਿਲਾਂ ਵੀ ਜਦੋਂ ਰਾਮਪੁਰਾ ਪੁਲ ਤੋਂ ਖੜਾ ਹੁੰਦਾ ਸੀਗਾ ਇਹ 60-60, 62-62 ਹਜ਼ਾਰ ਵੋਟਾਂ ਉਸ ਏਰੀਏ 'ਚੋਂ ਵੀ ਲੈ ਜਾਂਦਾ ਸੀ ਆਪਦੇ। ਨਹੀਂ ਤਾਂ ਅਲਟੀਮੇਟਲੀ ਫਾਇਦਾ ਆਪਾਂ ਮੰਨ ਸਕਦੇ ਕਿ ਹਰਸਿਮਰਤ ਬਾਦਲ, ਇਹਨੂੰ ਹਰਸਿਮਰਤ ਬਾਦਲ ਨੂੰ ਹੋਊਗਾ, ਕਿਉਂਕਿ ਐਂਟੀ ਬਾਦਲ ਵੋਟ ਇਹਨਾਂ ਨੂੰ ਪੈਣ ਵਾਲੀ ਵੀ ਹੈ ਨਹੀਂ,
ਜਿਹੜੀ ਐਂਟੀ ਵੋਟ ਕਿਸੇ ਹੋਰ ਪਾਸੇ ਇਕੱਠੀ ਹੋਣੀ ਸੀ ਉਹ ਮੰਡੀ ਜਾਊਗੀ। ਇਸ ਕਰਕੇ ਬੀਬਾ ਬਾਦਲ ਦਾ ਹੱਥ ਥੋੜ੍ਹਾ ਮਜ਼ਬੂਤ ਲੱਗ ਰਿਹਾ ਬਠਿੰਡਾ ਸੀਟ ਦੇ ਉੱਤੋਂ, ਤਾਂ ਮੁਕਾਬਲਾ ਲੱਗ ਰਿਹਾ ਖੁੱਡੀਆਂ ਦੇ ਵਿੱਚ ਅਤੇ ਬੀਬਾ ਬਾਦਲ ਦੇ ਵਿੱਚ। ਸੰਗਰੂਰ ਦੀ ਸੀਟ ਦਾ ਬੜੀ ਚਰਚਾ ਜੀ, ਸੁਖਪਾਲ ਸਿੰਘ ਖਹਿਰਾ ਨੂੰ ਲਿਆਂਦਾ ਗਿਆ, ਭਗਵੰਤ ਮਾਨ ਹੋਰੀ ਇੰਨੀ ਫੇਰ ਵੀ ਕਹਿੰਦੇ ਜੇ ਤਾਂ ਬਾਹਰ ਲਿਆ ਪਿੰਡਾਂ ਦੇ ਨਾਂ ਨਹੀਂ ਗਿਣਾ ਸਕਦੇ, ਪਰ ਕੈਂਡੀਡੇਟ ਤਾਂ ਸਟਰੋਂਗ ਨੇ, ਸੰਗਰੂਰ ਸੀਟ ਕੀ ਕਹਿੰਦੀ ਲੱਗਦੀ? ਸੁਖਪਾਲ ਸਿੰਘ ਖਹਿਰਾ ਕੈਂਡੀਡੇਟ ਤਾਂ ਸਟਰੋਂਗ, ਇੱਕ ਪੰਜਾਬ ਦੇ ਵਿੱਚ ਉਹਨਾਂ ਜਿਹੜਾ ਚਿਹਰਾ ਹੈ ਉਹ ਕਾਫੀ ਜ਼ਿਆਦਾ ਮੰਨਿਆ ਪਰਮੰਨਿਆ ਕਿ ਹਰ ਜਗ੍ਹਾ ਹਿੱਕ ਡਾ ਕੇ ਖੜਨ ਵਾਲਾ ਬੰਦਾ ਹੈ, ਸੱਚ ਬੋਲਣ ਵਾਲਾ ਬੰਦਾ ਹੈ। ਜਿਵੇਂ ਪਿੰਡਾਂ ਦੇ ਵਿੱਚ ਵੀ ਬੋਲਦੇ ਨਜ਼ਰ ਆ ਸਕਦੇ ਆ ਕਿ ਬੰਦੀ ਸਿੰਘਾਂ ਦੇ ਬਾਰੇ ਮੈਂ ਦਿੱਲੀ ਜਾ ਕੇ ਮੁੱਦਾ ਚੱਕੂੰਗਾ, ਸੰਸਦ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੂੰਗਾ, ਤਾਂ ਕਰਕੇ ਕੈਂਡੀਡੇਟ ਸਟਰੋਂਗ ਹੈ। ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਇਸ ਬਾਰੇ, ਉਹ ਕਹਿੰਦੇ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਖੜਾ ਹੀ ਇੱਥੇ ਇਸ ਕਰਕੇ ਕੀਤਾ ਹੈ ਤਾਂ ਕਿ ਮੈਸੇਜ ਨਾ ਜਾਵੇ ਕਿ ਦੋਵੇਂ ਆਪਸ 'ਚ ਰਲੇ ਹੋਏ ਆ, ਤਾਂ ਕਰਕੇ ਅਸੀਂ ਵਧੀਆ ਕੈਂਡੀਡੇਟ ਉੱਥੋਂ ਲੈ ਕੇ ਆਏ ਹਾਂ, ਮਜ਼ਬੂਤ ਕੈਂਡੀਡੇਟ, ਕਿ ਇਹਨਾਂ ਦਾ ਗਾੜਾ ਸੰਗਰੂਰ ਕਿ ਉੱਥੋਂ ਅਸੀਂ ਤਕੜਾ ਕੈਂਡੀਡੇਟ ਦੇ, ਆਮ ਆਦਮੀ ਪਾਰਟੀ ਦਾ ਗਾੜਾ, ਆਮ ਆਦਮੀ ਪਾਰਟੀ ਦਾ ਗਾੜਾ, ਤਾਂ ਹਰਾਉਣ ਦੇ ਲਈ ਕੈਂਡੀਡੇਟ ਤਕੜਾ ਹੈ। ਲੇਕਿਨ ਹੁਣ ਦੇਖੋ ਤਾਂ ਸੰਗਰੂਰ ਦੇ ਵਿੱਚ ਵੀ ਮੁਕਾਬਲਾ 5-3 ਆ, ਕਿਉਂਕਿ ਸਿਮਰਨਜੀਤ ਸਿੰਘ ਮਾਨਵੀ ਸਿਮਰਨਜੀਤ ਸਿੰਘ ਮਾਨ 2022 ਦੇ ਵਿੱਚ ਸੀਟ ਜਿੱਤ ਚੁੱਕੇ ਆ, ਹਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ, 1.5 ਸਾਲ ਪਹਿਲਾਂ ਉੱਥੇ ਉਪਚੋਣ ਹੋਈ ਸੀਗੀ। ਦੂਜਾ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਜਦੋਂ ਪਿੰਡਾਂ ਜਾ ਰਹੇ ਉਹਨਾਂ ਨੂੰ ਕਾਫੀ ਸਤਿਕਾਰ ਮਿਲ ਰਿਹਾ ਹੈ, ਖਾਸਾ ਲੋਕ ਉਹਨਾਂ ਨੂੰ ਪਸੰਦ ਵੀ ਕਰ ਰਹੇ ਉੱਥੇ, ਅਜਿਹਾ ਤਾਂ ਨਹੀਂ ਅਜੇ ਤੱਕ ਲੱਗ ਰਿਹਾ ਵੀ ਸੀਟ ਜਿੱਤ ਜਾਣਗੇ, ਲੇਕਿਨ ਲੱਗ ਰਿਹਾ ਕਿ ਸੁਖਪਾਲ ਖਹਿਰੇ ਦੀ ਵੋਟ 'ਚ ਡੈਂਟ ਪੈ ਸਕਦਾ ਤਕੜਾ, ਯਾਨੀ ਕਿ ਅਜੇ ਕੁਛ ਫੋਰ ਸ਼ੋਰ ਨਹੀਂ ਕਿਹਾ, ਫੋਰ ਸ਼ੋਰ ਨਹੀਂ ਕਿਹਾ ਜਾ ਸਕਦਾ। ਇੱਕ ਚੀਜ਼ ਜਿਹੜੀ ਇੱਕ ਚੀਜ਼ ਜਿਹੜੀ ਸੁਖਪਾਲ ਖਹਿਰੇ ਦੇ ਹੱਕ ਜਾ ਸਕਦੀ ਆ ਕਿ ਜਿਹੜਾ ਦੇਸ਼ ਦੇ ਵਿੱਚ ਇੰਡੀਆ ਅਲਾਇੰਸ ਬਣਿਆ ਹੋਇਆ ਹੈ ਉਹਨੂੰ ਇਸ ਵਾਰ ਮੁਸਲਿਮ ਵੋਟ ਹੈ ਜਿਹੜੀ ਇਕਜੁੱਟ ਹੋ ਕੇ ਪੈ ਰਹੀ ਆ, ਅਤੇ ਸੰਗਰੂਰ ਸੀਟ ਦੇ ਵਿੱਚ ਮਲੇਰਕੋਟਲਾ ਵੀ ਆਉਂਦਾ ਹੈ, ਜੇ ਮਲੇਰਕੋਟਲੇ ਦੇ ਮੁਸਲਿਮ ਲੋਕਾਂ ਨੇ ਉਹਨੂੰ ਇਕਜੁੱਟ ਹੋ ਕੇ ਕਾਂਗਰਸ ਨੂੰ ਵੋਟ ਪਾ ਦਿੱਤੀ ਗਈ ਤਾਂ ਸੁਖਪਾਲ ਖਹਿਰਾ ਦਾ ਹੱਥ ਉੱਤੇ ਰਹਿ ਸਕਦਾ। ਬਾਕੀ ਤੰਤਰ ਤਾਂ ਪੂਰਾ ਆਮ ਆਦਮੀ ਪਾਰਟੀ ਦਾ ਲੱਗਿਆ ਹੋਇਆ, ਜਿਵੇਂ ਦਲਵੀਰ ਗੋਲਡੀ ਨੂੰ ਲੈ ਕੇ ਗਏ ਆ, ਬਾਕੀ ਸਾਰੇ ਲੁਭਾਵਨੇ ਵਾਅਦੇ ਕਰਕੇ ਬੰਦਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਸਰਕਾਰੀ ਧਿਰ ਦਾ ਜ਼ੋਰ ਤਾਂ ਪੂਰਾ ਲੱਗਿਆ ਹੋਇਆ ਹੈ। ਲੇਕਿਨ ਜੇ ਖਹਿਰਾ ਇਹ ਸੀਟ ਕੱਢ ਜਾਂਦਾ ਹੈ ਤਾਂ ਇਹ ਸੱਟ ਆਮ ਆਦਮੀ ਪਾਰਟੀ ਨੂੰ ਬਹੁਤ ਭੈੜੀ ਵੱਜੂ।